ਪਹਿਲਾਂ ਵੀ ਬੋਲਦੇ ਰਹੇ ਨੇ ਵੀ ਸੋਧਾਂ ਕਰਨ ਨੂੰ ਤਿਆਰ ਆ ਅਸੀਂ, ਹੋਰ ਕਾਨੂੰਨ ਰੱਦ ਨਹੀਂ ਹੋ ਸਕਦੇ। ਹੁਣ ਕਲੀਅਰ ਕੱਟ ਹੋ ਗਿਆ, 2-4 ਏਜੰਡਿਆਂ ਤੇ ਸਰਕਾਰ ਕੰਮ ਕਰ ਰਹੀ ਹੈ। ਇੱਕ ਲੰਮਾ ਅੰਦੋਲਨ ਖਿੱਚ ਕੇ ਖੜਨਾ, ਦੂਜਾ ਕਿਸਾਨਾਂ ਨੂੰ ਬਦਨਾਮ ਕਰਨਾ, ਤੀਜਾ ਫੁੱਟ ਪਾਉਣਾ। ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੇ ਖਾਬ ਤੋਂ ਮਰਜ਼ੀ ਨੂੰ ਵੇਖਣੇ ਚਾਹੀਦੇ ਆ। ਜਿੱਦਣ ਵੀ ਗੱਲਬਾਤ ਹੋਈ ਕਿਸਾਨਾਂ ਨਾਲ, ਸਰਕਾਰ ਨੂੰ ਅੱਗੇ ਲੱਗਿਆ, ਚਿੱਠੀ ਭੇਜੀ, ਤਾਂ ਉਹ ਖੇਤੀ ਕਾਨੂੰਨ ਰੱਦ ਕਰਨ ਵਾਲੇ ਏਜੰਡੇ ਤੋਂ ਹੀ ਸ਼ੁਰੂਆਤ ਹੋਣੀ। ਜੀ ਸਾਹਿਬ, ਬਹੁਤ ਸਾਰੇ ਜਿਹੜੇ ਬੀਜੇਪੀ ਦੇ ਲੀਡਰ, ਉਹਨਾਂ ਦੇ ਬਿਆਨ ਆ ਰਹੇ ਸੀਗੇ ਵੀ ਕਿਸਾਨ ਸਾਡੇ ਸਟੈਂਡ ਦੇ ਨਹੀਂ ਹੈਗੇ, ਸਾਡੇ ਮੁਕਾਬਲੇ ਦੇ ਹੈਗੇ ਨਹੀਂ ਆ, ਅਸੀਂ ਤਾਂ ਨਹੀਂ ਮੀਟਿੰਗਾਂ ਕਰ ਰਹੇ। ਹੁਣ ਕਿਵੇਂ ਤੋਮਰ ਜੀ ਨੇ ਜਿਹੜਾ ਬਿਆਨ ਦੇ ਦਿੱਤਾ, ਬੀਜੇਪੀ ਕਾਨੂੰਨ ਵਿੱਚੋਂ ਜਿਹੜੇ ਰੱਦ ਨਹੀਂ ਹੋਣੇ ਸੋਧਾਂ ਕਰ ਦਿੰਦੇ ਹਾਂ, ਖਾਲੀ ਡੱਬਾ ਰਹਿਣ ਦਿਓ। ਜੇ ਡੱਬਾ ਰਹਿ ਜਾਂਦਾ ਤਾਂ ਕਿਸਾਨਾਂ ਨੂੰ ਉਹਦੇ ਵਿੱਚ ਕੀ ਨੁਕਸਾਨ ਕੀ ਹੈ, ਜਦੋਂ ਕਾਨੂੰਨ ਹੀ ਵਿੱਚੋਂ ਖਤਮ ਕਰ ਦਿੱਤੇ ਉਹਨਾਂ ਨੇ। ਸਰਕਾਰ ਦਾ ਲੁਕਿਆ ਏਜੰਡਾ ਹੈ, ਜਦੋਂ ਤੁਸੀਂ ਕਾਨੂੰਨ ਦਾ ਕੋਈ ਮੱਦ ਰੱਖਣੀ ਨਹੀਂ ਤਾਂ ਕਾਨੂੰਨ ਰੱਦ ਕਰ ਦਿਓ, ਤੁਸੀਂ ਅਣਖ ਦਾ ਸਵਾਲ ਕਿਉਂ ਬਣਾਉਂਦੇ। ਮੈਨੂੰ ਲੱਗਦਾ ਜਿਹੜੇ ਪੰਜਾਬ ਭਾਜਪਾ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਕੋਈ ਬਹੁਤੀ ਮਾਨਤਾ ਨਹੀਂ ਹੈਗੀ। ਜਿੱਥੇ ਰਾਜਨਾਥ ਜਾਂ ਗਡਕਰੀ ਜੀ ਦੀ ਵੀ ਕੋਈ ਮਾਨਤਾ ਨਾ ਹੋਵੇ, ਭਾਜਪਾ ਦੇ ਵਿੱਚ ਮੋਦੀ ਜੀ ਜਾਂ ਅਮਿਤ ਸ਼ਾਹ ਦੀ ਚੱਲਦੀ, ਬਾਕੀ ਥੱਲੇ ਕਿਸੇ ਦੀ ਵੀ ਚੱਲਦੀ, ਤਾਂ ਇਹਨਾਂ ਦੇ ਬਿਆਨਾਂ ਦਾ ਕੋਈ ਬਹੁਤਾ ਦਿੱਲੀ ਵਾਲੇ ਕੋਲ ਲੈਂਦੇ ਨਹੀਂ ਹੈਗੇ। ਵੀ ਕਹਿ ਰਹੇ ਕਿ ਅਸੀਂ 22 ਦੇ ਵਿੱਚ 17 ਸੀਟਾਂ ਦੇ ਇਲੈਕਸ਼ਨ ਬੰਦੇ ਜਿਹੜੇ ਉਹ ਖਿਲਾਰਾਂਗੇ, ਇਹ ਤਾਂ ਸਮਾਂ ਦੱਸੂਗਾ ਵੀ ਬੰਦੇ ਖਿਲਾਰ ਨੂੰ ਲੱਭਦੇ ਆ ਕਿ ਨਹੀਂ ਲੱਭਦੇ। ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ, ਮੈਂ ਜਗਤਾਰ ਮਾਲਾ। ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਨੇ। ਇਸ ਤੋਂ ਪਹਿਲਾਂ 11 ਮੀਟਿੰਗਾਂ ਕਿਸਾਨਾਂ ਦੀਆਂ ਕੇਂਦਰ ਨਾਲ ਹੋ ਚੁੱਕੀਆਂ ਨੇ, ਪਰ ਕਿਸੇ ਤਰ੍ਹਾਂ ਦਾ ਸਿੱਟਾ ਨਹੀਂ ਨਿਕਲਿਆ। ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਅੱਜ ਸਵੇਰੇ ਇੱਕ ਬਿਆਨ ਦਿੱਤਾ ਗਿਆ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਬੈਠਣ ਲਈ ਤਿਆਰ ਹਾਂ, ਭਾਵੇਂ ਦਿਨ ਆਉਣ ਰਾਤ ਆਉਣ, ਪਰ ਕਾਨੂੰਨ ਰੱਦ ਨਹੀਂ ਹੋਣੇ, ਸੋਧ ਕਰ ਦੇਵਾਂਗੇ। ਇਸ ਮੁੱਦੇ ਤੇ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ। ਪੰਧੇਰ ਸਾਹਿਬ, ਕਿਵੇਂ ਵੇਖਦੇ ਹੋ ਨਰਿੰਦਰ ਤੋਮਰ ਜੀ ਦਾ ਅੱਜ ਸਵੇਰੇ ਬਿਆਨ ਆਉਂਦਾ ਆ ਵੀ ਕਾਨੂੰਨ ਰੱਦ ਨਹੀਂ ਹੋਣੇ, ਸੋਧ ਕਰ ਦਿਆਂਗੇ ਜਦੋਂ ਮਰਜ਼ੀ ਆ ਜਾਣ ਕਿਸਾਨ? ਆ ਦੇਖਿਆ ਜੀ, ਤੋਮਰ ਜੀ ਹੁਣ ਤਾਂ ਸਪਸ਼ਟ ਕਰ ਰਹੇ ਨੇ ਵੀ ਖੇਤੀ ਕਾਨੂੰਨ ਵਿੱਚ ਸੋਧਾ ਕਰਾਉਣੀਆਂ ਤੇ ਮੀਟਿੰਗ ਕਰ ਲਓ, ਜੇ ਰੱਦ ਕਰਾਉਣੇ ਤੇ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰਨੀ। ਪਹਿਲਾਂ ਵੀ ਬੋਲਦੇ ਰਹੇ ਨੇ ਵੀ ਸੋਧਾਂ ਕਰਨ ਨੂੰ ਤਿਆਰ ਆ ਅਸੀਂ, ਹੋਰ ਕਾਨੂੰਨ ਰੱਦ ਨਹੀਂ ਹੋ ਸਕਦੇ। ਹੁਣ ਕਲੀਅਰ ਕੱਟ ਹੋ ਗਿਆ, ਸ਼ਾਇਦ 2-4 ਏਜੰਡਿਆਂ ਤੇ ਸਰਕਾਰ ਕੰਮ ਕਰ ਰਹੀ ਹੈ। ਇੱਕ ਲੰਮਾ ਅੰਦੋਲਨ ਖਿੱਚ ਕੇ ਖੜਨਾ, ਦੂਜਾ ਕਿਸਾਨਾਂ ਨੂੰ ਬਦਨਾਮ ਕਰਨਾ, ਤੀਜਾ ਫੁੱਟ ਪਾਉਣਾ। ਉਹਨੂੰ ਲੱਗਦਾ ਵੀ ਇਹਨਾਂ ਕਾਰਨਾਂ ਕਰਕੇ ਸ਼ਾਇਦ ਕਿਸਾਨ ਆਪਦਾ ਮੁੱਖ ਏਜੰਡਾ ਛੱਡ ਦੇਣਗੇ। ਤਾਂ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੇ ਖਾਬ ਤੋਂ ਮਰਜ਼ੀ ਨੂੰ ਵੇਖਣੇ ਚਾਹੀਦੇ ਆ। ਜਿੱਦਣ ਵੀ ਗੱਲਬਾਤ ਹੋਈ ਕਿਸਾਨਾਂ ਨਾਲ, ਸਰਕਾਰ ਨੂੰ ਅੱਗੇ ਲੱਗਿਆ, ਚਿੱਠੀ ਭੇਜੀ, ਤਾਂ ਉਹ ਖੇਤੀ ਕਾਨੂੰਨ ਰੱਦ ਕਰਨ ਵਾਲੇ ਏਜੰਡੇ ਤੋਂ ਹੀ ਸ਼ੁਰੂਆਤ ਹੋਣੀ ਹੈ। ਇਹ ਸਭ 11 ਮੀਟਿੰਗਾਂ ਹੋ ਗਈਆਂ, ਪਹਿਲਾਂ ਸਿੱਟਾ ਨਹੀਂ ਨਿਕਲਿਆ, ਕੀ ਲੱਗਦਾ ਤੁਹਾਨੂੰ ਕਿਸਾਨ ਹੁਣ ਕੇਂਦਰ ਦੇ ਇਸ ਬੁਲਾਵੇ ਤੇ ਜਾਣਗੇ, ਮੀਟਿੰਗ ਕਰਨਗੇ ਕਿਸਾਨ? ਹਾਂ ਦੇਖੋ, ਕਿਸਾਨ ਮੀਟਿੰਗ ਕਰਨ ਤੋਂ ਕਦੀ ਨਹੀਂ ਭੱਜਦੇ ਹੈਗੇ। ਬੇਸ਼ੱਕ ਮੀਟਿੰਗ ਵਿੱਚ ਸਿੱਟਾ ਨਾ ਵੀ ਨਿਕਲੇ ਤਾਂ ਨਿਕਲਣਾ ਵੀ ਨਹੀਂ ਹੈਗਾ ਜੋ ਲੱਗ ਰਿਹਾ। ਜਿੱਦਣ ਸਿੱਟਾ ਕੱਢਣਾ ਉਦੋਂ ਸਵਯਮ ਪ੍ਰਧਾਨ ਮੰਤਰੀ ਜੀ ਅੱਗੇ ਆਉਣਗੇ, ਤਾਂ ਉਹਨਾਂ ਤੋਂ ਬਗੈਰ ਸਿੱਟਾ ਨਿਕਲ ਨਹੀਂ ਸਕਦਾ। ਤਾਂ ਫਿਰ ਵੀ ਕਿਉਂਕਿ ਅਸੀਂ ਪੋਜ਼ਿਟਿਵ ਪੱਖ ਆ ਵੀ ਅਸੀਂ ਗੱਲ ਕਰਨ ਜਾਵਾਂਗੇ, ਗੱਲ ਨਿਬੜੇ ਭਾਵੇਂ ਨਾ ਨਿਬੜੇ, ਤਾਂ ਫਿਲਹਾਲ ਗੱਲਬਾਤ ਹੋ ਵੀ ਗਈ ਤਾਂ ਹਾਲੇ ਸਿੱਟਾ ਨਿਕਲਣ ਵਾਲਾ ਨਹੀਂ ਹੈਗਾ। ਕੇਂਦਰ ਦਾ ਹਜੇ ਮਨਸ਼ਾ ਨਹੀਂ ਹੈਗਾ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਪਾਸਿਓਂ ਅੱਗੇ ਵੱਧ ਰਿਹਾ। ਪੰਧੇਰ ਸਾਹਿਬ, ਬਹੁਤ ਸਾਰੇ ਜਿਹੜੇ ਬੀਜੇਪੀ ਦੇ ਲੀਡਰ, ਉਹਨਾਂ ਦੇ ਬਿਆਨ ਆ ਰਹੇ ਸੀਗੇ ਵੀ ਕਿਸਾਨ ਸਾਡੇ ਸਟੈਂਡ ਦੇ ਨਹੀਂ ਹੈਗੇ, ਸਾਡੇ ਮੁਕਾਬਲੇ ਦੇ ਹੈਗੇ ਨਹੀਂ ਆ, ਅਸੀਂ ਤਾਂ ਨਹੀਂ ਮੀਟਿੰਗਾਂ ਕਰ ਰਹੇ। ਹੁਣ ਕਿਵੇਂ ਤੋਮਰ ਜੀ ਨੇ ਜਿਹੜਾ ਬਿਆਨ ਦੇ ਦਿੱਤਾ? ਆ ਦੇਖੋ, ਇਹ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਰਕਾਰਾਂ ਨੂੰ ਇਸ ਕਿਸਮ ਦੇ ਬਿਆਨ ਸੋਭਦੇ ਆ। ਹੁਣ ਇਹ ਤਾਂ ਤੋਮਰ ਜੀ ਤਾਂ ਮੇਰੇ ਖਿਆਲ ਉਲਟ ਬਿਆਨ ਦੇ ਰਹੇ ਨਾ ਵੀ ਉਹਨਾਂ ਦਾ ਵੀ ਤੁਸੀਂ ਜੇ ਗੱਲ ਕਰਨੀ ਸੋਧਾਂ ਤੇ ਕਰ ਲਓ, ਵੀ ਆਪਦੇ ਸ਼ਰਤ ਰੱਖ ਕੇ ਗੱਲ ਕਰਨੀ, ਤਾਂ ਮੇਰੇ ਖਿਆਲ ਸ਼ਰਤਾਂ ਲਾ ਕੇ ਗੱਲਬਾਤ ਨਹੀਂ ਹੁੰਦੀ ਹੁੰਦੀ। ਉਹ ਕਹਿੰਦੇ ਵੀ ਕਾਨੂੰਨ ਵਿੱਚੋਂ ਜਿਹੜੇ ਰੱਦ ਨਹੀਂ ਹੋਣੇ ਸੋਧਾਂ ਕਰ ਦਿੰਦੇ ਆ, ਖਾਲੀ ਡੱਬਾ ਰਹਿਣ ਦਿਓ। ਜੇ ਡੱਬਾ ਰਹਿ ਜਾਂਦਾ ਤਾਂ ਕਿਸਾਨਾਂ ਨੂੰ ਉਹਦੇ ਵਿੱਚ ਕੀ ਨੁਕਸਾਨ ਕੀ ਹੈ, ਜਦੋਂ ਕਾਨੂੰਨ ਹੀ ਵਿੱਚੋਂ ਖਤਮ ਕਰ ਦਿੱਤੇ ਉਹਨਾਂ ਨੇ? ਸਵਾਲ ਇਹ ਨਹੀਂ ਹੈ ਜਦੋਂ ਸਰਕਾਰ ਨੇ ਡੱਬਾ ਹੀ ਕਿਉਂ ਰੱਖਣਾ, ਇਹ ਵੀ ਤਾਂ ਸਵਾਲ ਉੱਠਦੇ ਨੇ ਜਦੋਂ ਕਾਨੂੰਨ ਹੀ ਖਾਲੀ ਕਰਦੇ ਨੇ। ਸਵਾਲ ਤਾਂ ਹੈ ਵੀ ਜਦੋਂ ਕਾਨੂੰਨ ਨਵੇਂ ਲਿਆਉਣੇ ਪੈਂਦੇ ਆ, ਉਦੋਂ ਰੌਲਾ ਪਊਗਾ, ਉਹਦੇ ਵਿੱਚ ਆਰਡੀਨੈਂਸ ਕਰਨਾ ਪਊ ਜਾਂ ਪਾਰਲੀਮੈਂਟ ਜਾਣਾ ਪਊ। ਜਦੋਂ ਕਾਨੂੰਨ ਦਾ ਚੌਖਟਾ ਬਣਿਆ ਹੋਊ, ਉਹ 'ਚ ਜਦੋਂ ਮਰਜ਼ੀ ਸੋਧ ਕਰ ਦੇਣ। ਸਰਕਾਰ ਦਾ ਲੁਕਿਆ ਏਜੰਡਾ ਹੈ, ਜਦੋਂ ਤੁਸੀਂ ਕਾਨੂੰਨ ਦਾ ਕੋਈ ਮੱਦ ਰੱਖਣੀ ਨਹੀਂ ਤਾਂ ਕਾਨੂੰਨ ਰੱਦ ਕਰ ਦਿਓ, ਤੁਸੀਂ ਅਣਖ ਦਾ ਸਵਾਲ ਕਿਉਂ ਬਣਾਉਂਦੇ? ਕੀ ਤੁਹਾਨੂੰ ਲੱਗਦਾ ਜੀ ਤੋਮਰ ਸਾਹਿਬ ਦਾ ਬਿਆਨ ਆ ਰਿਹਾ 22 ਦੀਆਂ ਚੋਣਾਂ ਕਿਤੇ ਨਾ ਕਿਤੇ ਨਜ਼ਦੀਕ ਆ ਰਹੀਆਂ, ਜਾਂ ਬੰਗਾਲ ਦੀਆਂ ਚੋਣਾਂ ਨੂੰ ਵੇਖਦੇ ਬਿਆਨ ਜਿਹੜਾ ਦਿੱਤਾ ਜਾ ਰਿਹਾ? ਨਹੀਂ, ਮੈਨੂੰ ਨਹੀਂ ਲੱਗਦਾ ਬਿਆਨ ਦੇ ਵਿੱਚ, ਬਿਆਨ ਤਾਂ ਸਗੋਂ ਕਾਰਪੋਰੇਟ ਦੇ ਪੱਖ 'ਚ ਹੈ ਵੀ ਅਸੀਂ ਡਟੇ ਹੋਏ ਹਾਂ ਤੁਹਾਡੇ ਹੱਕ 'ਚ। ਨਹੀਂ ਪਰ ਮੀਟਿੰਗ ਕਿਤੇ ਰੱਖਦੀ ਨਾ, 4-5 ਮਹੀਨੇ ਬਾਅਦ ਮੀਟਿੰਗ ਤਾਂ ਸਾਹਮਣੇ ਆ ਗਈ ਨਾ ਇੱਕ ਹੋਰ? ਨਾ, ਮੀਟਿੰਗ ਕੋਈ ਨਹੀਂ ਆਈ ਹਾਲੇ, ਮੀਟਿੰਗ ਦਾ ਤਾਂ ਕੋਈ ਨਹੀਂ ਹੈਗਾ, ਮੀਟਿੰਗ ਦਾ ਸਿਰਫ ਬਿਆਨ ਹੀ ਦਿੱਤਾ, ਮੀਟਿੰਗ ਦਾ ਸੱਦੀ ਨਹੀਂ ਹੈ ਵੀ ਕਿਸਾਨ ਗੱਲਬਾਤ ਕਰ ਲੈਣ ਪਰ ਕਰਨ ਸਾਡੇ ਨਾਲ ਸੋਧਾਂ ਕਰਨ ਵਾਲੇ। ਕੀ ਤੁਹਾਨੂੰ ਲੱਗਦਾ ਕੀ ਮਨਸ਼ਾ ਹੈ ਕਾਨੂੰਨ ਰੱਦ ਨਹੀਂ ਕਰਨੇ, ਕਾਨੂੰਨ ਰੱਦ ਨਹੀਂ ਕਰਨੇ? ਪਿਛਲੇ ਲੰਮੇ ਸਮੇਂ ਤੋਂ ਇਹੀ ਬਿਆਨ ਆ ਰਹੇ ਆ, ਕਿਉਂ ਨਹੀਂ ਕਰ ਰਹੇ, ਕੀ ਤੁਹਾਨੂੰ ਕੀ ਲੱਗਦਾ ਹਾਲੇ ਤੱਕ? ਹਾਂ ਦੇਖੋ, ਇਕੱਲਾ ਮੋਦੀ ਜੀ ਨਾਲ ਨਹੀਂ ਮਤਲਬ ਸੰਘਰਸ਼ ਹੈਗਾ ਸਾਡਾ, ਮੋਦੀ ਜੀ ਦੇ ਮਗਰ ਖੜੇ ਵਿਸ਼ਵ ਵਪਾਰ ਸੰਸਥਾ, ਪੂਰੀ ਦੁਨੀਆ ਦੇ ਕਾਰਪੋਰੇਟ
खेतीबाड़ी भी कारपोरेट के हाथ में देने का फैसला कर लिया उन्होंने, बेशक वो गाड़ी हुण किसान मजदूर का अंदोलन खड़ा वा कि वह कर नहीं पा रहे। अपनी सरकार के खिलाफ अजकल कुछ बीजेपी के आगू भी जरा विरोध कर रहे हैं, तुम्हें पता ही है भी किमें वेखते उन्होंने? देखो मैं लगता जो पंजाब भाजपा के जिन्हें भी लीडर ने उन्होंने कोई बहुती मानता नहीं हैगी, जिथे राजनाथ ज गडकरी जी की भी कोई मानता ना हो भाजपा के मोदी जी या अमित शाह की चलती बाकी थले किसी भी चलती, तो इन्होंने बयान का कोई बहुता दिल्ली वाले को लेंदे नहीं है। हूँ नवी एक जी पिछले दिन संयुक्त किसान मोर्चे वालों ऐलान किया गया कि 22 दी चोणां नूं लैके जिहड़ियां भी सियासी पार्टियां पंजाब दीआं कोई भी सियासी पार्टियां पिंडां दे विच जाणगियां शहरां दे विच जाणगियां तां किसानां दे वल्लों उन्हां दा विरोध किया जाऊगा। हुण तुहानूं लगदा माझे दे विच वी जां अपने इस हल्के दे विच वी राजासांसी हल्के दे विच वी कल अलोपो के जिहड़ा होर भी पिंडां दे विच विरोध किया गया वा बोनी जनाला दा विरोध किया गया, किवें वेखदे हो तुसीं? देखो मसला भी इस वेले तक किसान अंदोलन चल रहा, दिल्ली में किसान बैठे आ, तो मैनू लगता जड़े सियासतदान ने साडे जड़े विरोधी धिर ने भाजपा दे कहिंदे किसान उनका समर्थन भी करते, उन्होंने समर्थन तो नहीं लुकवें तौर पर उन्होंने एजेंडा हो रहा, उन्होंने अंदर खाते तो उन्होंने कुट बैठे, तो इस अंदोलन चलते हूँ तुम 22 दे आपकी गद्दियों वास्ते पिंड जाओ मैनू नहीं लगता चंगा। तो यह अपील है भी भाई जदों तक मुद्दा हल नहीं हुंदा तुसी ना जाओ, जां जदों लक्षण नेड़े होणगे फिर विचार लिया जाऊगा, हाले का समा बड़ा, ये जाणगे धड़ेबंदियां पैदा होणगियां, लोग कांग्रसी अकाली आप वाले मसलों के वंडे जाणगे, अंदोलन सट वजूगी, ठीक है। इस करके मतलब जे लोग विरोध कर रहे तो लोग अंदोलन भी हैगा, दूजा पिछले 5 सालों से किसी विरोधी धिर ने भी सार्थक रोल नहीं बना किया तो ना सरकार ने किया, तो लोगों सवाल जवाब करना लोगों का हक है। अकाली लीडर का कहना है कि ये जो लोग विरोध करे किसान नहीं है एक जिहड़े हैगे कांग्रेस के बंदे ने, तुसीं किवें वेखदे हो वाकई कांग्रेस ने, क्योंकि उन्होंने हाथों से झंडे तो किसानी दे ने। देखो कोई भी आ तुसीं कल नूं कांग्रेस जाओगे वह कहना अकाली दल के बंदे, आम आदमी वाले गए उन्होंने कहना अकाली कांग्रेसी है, तो यह ही चलता हों, लोग आम जनता वह जी दुखी होकर विरोध कर रही है किसान अंदोलन समर्पित है, यह जी कोई गल नहीं। कहना है कि इन संयुक्त किसान मोर्चे का कोई ऐसा ऐलान नहीं है, यह संयुक्त किसान मोर्चे को बदनाम करने वास्ते किया जा रहा सारा कुछ जो सा विरोध हो रहा पिंड, मैंने लगता मीडिया परसन जो तुम बद दस सकते उन्होंने ऐलान तो ओपनली आया उदों बाद स्पष्ट सब कुछ बोलिया टीवी चैनलों पर आ रहा बाइटा आईया ने, तो मैनू नहीं लगता कोई लीडर की अजिही कोई गल हैगी है। कि तुम्हें लगता है कि सारिया सियासी पार्टियां दे उत्ते असर पै सकदा 22 दीआं चोणां नूं लैके इस किसान अंदोलन दा? क्यों नहीं गा, मुद्दे तो उभरनगे ना, मुद्दे तो खेती नाल अंदोलन चल रहा, खेती वाले मुद्दे तो उभरनगे, तो सारयां दे किरदार नंगे होणगे इस इलैक्शन दे विच भी की भूमिका रही आ, अंदर खाते पर्दे दे पिछे तो सारयां दीआं नीतियां इक्को समान ने, हाँ किसान अंदोलन नूं वरत के उहदे मोढे नूं वरत के सियासी जमीन पक्की करनी अंदोलन दी, उहनां दा अपना भाव। बीजेपी भी कह रही है कि असीं 22 दे विच 17 सीटां दे इलैक्शन बंदे जिहड़े खिलारांगे। हाँ ठीक है जी, भावें कोई भी खिलार सकदा जी, हाँ कुछ इह तां समां दसूगा भी बंदे खिलार नूं लभ के नहीं लभदे। सो इस दिन किसान मजदूर संघर्ष कमेटी के आगू सरवन सिंह पंधेर जिन्हों वालों पिछले दिन जो नरेंद्र तोमर जी के वालों एक बयान दिता गया है कि असी किसानों के नाल बैठने लई तैयार हाँ पर कानून रद्द नहीं होने, इन्हों का कहना है कि सरकार कितना कितने फिर जी किसानों के नाल सियासत कर रही है। कैमरामैन अर्शदीप ना जगतार सिंह माला स्काई न्यूज पंजाब हरियाणा हिमाचल अमृतसर।